ਭਾਰਤ ਤੇ ਕੈਨੇਡਾ ਦੇ ਵਿਚਕਾਰ ਚੱਲ ਰਹੇ ਨਾਜੁਕ ਸਬੰਧਾਂ ਦੇ ਉੱਤੇ ਹੁਣ ਜਗਮੀਤ ਸਿੰਘ ਹੋਣਾ ਦਾ ਵੱਡਾ ਬਿਆਨ ਸਾਹਮਣੇ ਆਇਆ ਜੀ ਆਂਦਾ ਦੇ ਕੇ ਜਗਮੀਤ ਸਿੰਘ ਹੋਣਾ ਦਾ ਵੱਡਾ ਬਿਆਨ ਸਾਹਮਣੇ ਆ ਐਂਡੀਪੀ ਲੀਡਰ ਜਗਮੀਤ ਸਿੰਘ ਹੋਣਾ ਨੇ ਬੋਲਦਿਆਂ ਕਿਹਾ ਕਿ ਹਿੰਦੂਆਂ ਨੂੰ ਡਰਨ ਦੀ ਲੋੜ ਨਹੀਂ ਹੈ ਕੈਨੇਡਾ ਦੇ ਵਿੱਚ ਜੋ ਹਿੰਦੂ ਰਹਿ ਰਹੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈ ਸਗੋਂ ਉਹਨਾਂ ਦੀ ਵੀ ਇਹ ਖੁੱਦ ਦੀ ਧਰਤੀ ਹੈ ਜੀ ਆਂਦਾ ਦੇ ਕੇ ਤੁਹਾਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਜਿਸ ਸਾਹਬ ਦੇ ਨਾਲ ਭਾਰਤ ਐਂਬੈਸੀ ਦੇ ਵੱਲੋਂ ਵੀਜ਼ਾ ਜਿਹੜੇ ਸੀ ਸਸਪੈਂਡ ਕੀਤੇ ਗਏ ਯਾਨੀ ਕਿ ਕੈਨੇਡੀਅਨ ਸਿਟੀਜ਼ਨ ਜਿਨ੍ਹਾਂ ਦੇ ਭਾਰਤ ਦੇ ਵਿੱਚ ਆਇਆ ਆਉਣਾ ਸੀ ਪਰ ਉਹਨਾਂ ਦੇ ਵੀਜ਼ੇ ਜਿਹੜੇ ਆ ਕੈਨਸਲ ਕਰ ਦਿੱਤੇ ਗਏ ਔਰ ਸਸਪੈਂਸ਼ਨ ਜਿਹੜੀ ਆ ਲਗਾ ਦਿੱਤੀ ਗਈ ਸੀ ਆਉਣ ਵਾਲੇ ਨੋਟਿਸ ਦੇ ਤੱਕ ਤਾਂ ਦੱਸ ਦੇ ਕਿ ਹੁਣ ਕੈਨੇਡਾ ਦੇ ਐਨਡੀਪੀ ਲੀਡਰ ਜਗਮੀਤ ਸਿੰਘ ਉਹਨਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਔਰ ਵੱਡੇ ਬਿਆਨ ਦੇ ਵਿੱਚ ਉਹ ਹਿੰਦੂਆਂ ਦੇ ਬਾਰੇ ਬੋਲਦੇ ਲਿਖਦੇ ਨੂੰ ਨੇ ਕਿਹਾ ਕਿ ਹਿੰਦੂਆਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਫਿਕਰ ਕਰਨ ਦੀ ਲੋੜ ਨਹੀਂ ਆਸੀ ਉਹਨਾਂ ਦੀ ਰੱਖਿਆ ਦੇ ਲਈ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਲੀਡਰ ਜਿਹੜੇ ਕੈਨੇਡਾ ਦੇ ਜਗਮੀਤ ਸਿੰਘ ਉਹਨਾਂ ਦੇ ਬਲੇ ਵੀ ਕਿਹਾ ਗਿਆ ਕਿ ਜੋ ਕੈਨੇਡਾ ਦਾ ਧਰਤੀ ਹੈ ਕੈਨੇਡਾ ਦੇਸ਼ ਹੈ ਇਹ ਹਿੰਦੂਆਂ ਦਾ ਵੀ ਹੈ ਜੀਆਂ ਦਾ ਦੇ ਕੇ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਜਿਹੜਾ ਸਾਹਮਣੇ ਆ ਰਿਹਾ ਔਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਬਿਆਨ ਉਹਨਾਂ ਦੇ ਵੱਲੋਂ ਬੋਲਿਆ ਗਿਆ ਔਰ ਨਾਲ ਹੀ ਉਹਨਾਂ ਦੇ ਵੱਲੋਂ ਜੋ-ਜੋ ਗੱਲਾਂ ਕਈਆਂ ਗਈਆਂ ਕੱਲੀ-ਕੱਲੀ ਗੱਲ ਤੁਹਾਨੂੰ ਜਿਹੜੀ ਆ ਬੋਲ ਕੇ ਦੱਸਦੇ ਹਾਂ ਦੱਸ ਦਈਏ ਕਿ ਕੰਜ਼ਰਵੇਟਿਵ ਲੀਡਰ ਪੀਅਰ ਐ ਦਾ ਵੀ ਜਿਹੜਾ ਵੱਡਾ ਬਿਆਨ ਸਾਹਮਣੇ ਆਇਆ ਔਰ ਲਗਾਤਾਰ ਸਾਹਬ ਨੇ ਕਿਹਾ ਕਿ ਕੈਨੇਡਾ ਦੇ ਐਨਡੀਪੀ ਲੀਡਰ ਦੇ ਜਗਮੀਤ ਸਿੰਘ ਦਾ ਜੋ ਬਿਆਨ ਸੀ ਉਸ ਦਾ ਸਮਰਥਨ ਕੀਤਾ ਤੇ ਕਿਹਾ ਗਿਆ ਕਿ ਹਿੰਦੂਆਂ ਦਾ ਵੀ ਘਰ ਆ ਕੈ ਹਿੰਦੂਆਂ ਦਾ ਵੀ ਘਾਰੋਂ ਨਾਲ ਹੀ ਕਿਹਾ ਗਿਆ ਕਿ ਸਾਰੇ ਇੱਥੇ ਰਹਿਣ ਦੇ ਹੱਕਦਾਰ ਨੇ ਕੋਈ ਹਿੰਦੂ ਹੈ ਕੋਈ ਮੁਸਲਮ ਹੈ ਜੋ ਜੋ ਵੀ ਕੈਨੇਡਾ ਦਾ ਸਿਟੀਜ਼ਨ ਹੈ ਸਾਰੇ ਇੱਥੇ ਰਹਿਣ ਦੇ ਹੱਕਦਾਰ ਨੇ ਤੇ ਨਾਲ ਹੀ ਕਿਹਾ ਕਿ ਕੈਨੇਡਾ ਚ ਹਿੰਦੂਆਂ ਦਾ ਹਮੇਸ਼ਾ ਸਵਾਗਤ ਕੀਤਾ ਜਾਏਗਾ ਹਰ ਕੈਨੇਡੀਅਨ ਬਿਨਾਂ ਡਰ ਦੇ ਰਹਿਣ ਦਾ ਹੱਕਦਾਰ ਹੈ ਤਾਂ ਵਕੋ ਵਕਰੇ ਅਧਾਰਿਆਂ ਦੇ ਵੱਲੋਂ ਵਕੋ ਵਕਰੇ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਕੁਝ ਕੁ ਬਲੌਗਰਾਂ ਦੇ ਵੱਲੋਂ ਜਾਂ ਕੈਰੀ ਇਨਫਲੂਐਂਸਰਾਂ ਦੇ ਵੱਲੋਂ ਫੇਕ ਖਬਰਾਂ ਜਿਹੜੀਆਂ ਚਲਾਈਆਂ ਜਾ ਰਹੀਆਂ ਸੀ ਕਿ ਹਿੰਦੂਆਂ ਨੂੰ ਰਹਿਣਾ ਉੱਥੇ ਸੁਰੱਖਿਅਤ ਨਹੀਂ ਆ ਹਿੰਦੂਆਂ ਨੂੰ ਜਿਹੜਾ ਰਹਿਣ ਦਾ ਅਸੁਰੱਖਿਤਾ ਕੈਨੇਡਾ ਦੇ ਵਿੱਚ Hindu ਅਸੁਰੱਖਿਤਾ ਨੇਤਾ ਅਜਿਹਾ ਜਿਹੜਾ ਪ੍ਰੋਪੋਗੈਂਡਾ ਇੱਕ ਚਲਾਇਆ ਜਾ ਰਿਹਾ ਸੀ ਕੁਝ ਕੁ ਇਨਫਲੂਐਂਸਰਾਂ ਦੇ ਵੱਲੋਂ ਜਾਂ ਕਹਿ ਲਈਏ ਕੁਝ ਕੁ ਪੇਜਾਂ ਦੇ ਵੱਲੋਂ ਤਾਂ ਉਹਨਾਂ ਨੂੰ ਕਰਾਰਾ ਜਵਾਬ ਜਿਹੜਾ ਐਨਡੀਪੀ ਲੀਡਰ ਜਗਮੀਤ ਸਿੰਘ ਉਹਨਾਂ ਦੇ ਵੱਲੋਂ ਦਿੱਤਾ ਗਿਆ ਹੈ ਕਿ ਕਿਹਾ ਕਿ ਹਿੰਦੂਆਂ ਨੂੰ ਕਿਸੇ ਤਰ੍ਹਾਂ ਦਾ ਫਿਕਰ ਕਰਨ ਦੀ ਲੋੜ ਨਹੀਂ ਹੈ ਸਗੋਂ ਕੈਨੇਡਾ ਹਿੰਦੂਆਂ ਦਾ ਵੀ ਘਰ ਹੈ ਹਿੰਦੂ ਵੀ ਇੱਥੇ ਜਦੋਂ ਮਰਜ਼ੀ ਆ ਜਾ ਸਕਦੇ ਆ ਹਰ ਕੈਨੇਡੀਅਨ ਬਿਨਾਂ ਡਰ ਦੇ ਕਿਉਂਕਿ ਇੱਕ ਪਾਸੇ ਤੁਹਾਨੂੰ ਯਾਦ ਹੋਊਗਾ ਕਿ ਭਾਰਤ ਦੇ ਵੱਲੋਂ ਭਾਰਤੀ ਐਮਬੈਸੀ ਦੇ ਵੱਲੋਂ ਜਿਹੜੇ ਵੀਜ਼ਾ ਜਿਹੜੇ ਨੇ ਕੈਂਸਲ ਕਰ ਦਿੱਤੇ ਗਏ ਨੇ ਕਿ ਕੋਈ ਵੀ ਕੈਨੇਡੀਅਨ ਸਿਟੀਜ਼ਨ ਚਾਹੇ ਉਹ ਹਿੰਦੂ ਹੈ ਚਾਹੇ ਉਹ ਪੰਜਾਬੀ ਹੈ ਕਿਉਂਕਿ ਵੱਡੇ ਪੱਧਰ ਦੇ ਉੱਪਰ ਭਾਰਤ ਦੇ ਵਿੱਚੋਂ ਲੋਕ ਕੈਨੇਡਾ ਦੇ ਵਿੱਚ ਜਾ ਕੇ ਪੀਆਰ ਨੇ ਉੱਥੋਂ ਦੇ ਸਿਟੀਜ਼ਨ ਨੇ ਪਰ ਦੱਸ ਦੇ ਕਿ ਭਾਰਤ ਦੇ ਵੱਲੋਂ ਜਿਵੇਂ ਵੀਜ਼ਾ ਜਿਹੜੇ ਨੇ ਸਸਪੈਂਡ ਕੀਤੇ ਜਾਂਦੇ ਨੇ ਕਿ ਅਗਲੇ ਨੋਟਿਸ ਦੇ ਤੱਕ ਕੋਈ ਵੀ ਕੈਨੇਡੀਅਨ ਸਿਟੀਜ਼ਨ ਭਾਰਤ ਦੇ ਵਿੱਚ ਨਹੀਂ ਆਏਗਾ ਤਾਂ ਉਸ ਹਾਰ ਦੇ ਲੈ ਕੇ ਜਿਹੜਾ ਉਸ ਨੂੰ ਲੈ ਕੇ ਹੁਣ ਜ ਹੋਣਾ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਜਗਮੀਤ ਸਿੰਘ ਹੋਣਾ ਦਾ ਕਹਿਣਾ ਹੈ ਕਿ ਇੱਥੇ ਕੈਨੇਡਾ ਕੈਨੇਡੀਅਨ ਸਿਟੀਜ਼ਨ ਜਿਹੜਾ ਬਿਨਾਂ ਡਰ ਦੇ ਰਹਿਣ ਦਾ ਹੱਕਦਾਰ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ ਹੈ ਤੇ ਨਾਲ ਕਨਜ਼ਰਵੇਟਿਵ ਲੀਡਰ ਪੀਰੇ ਦਾ ਵੀ ਹਿੰਦੂਆਂ ਨੂੰ ਭਰੋਸਾ ਦਿੱਤਾ ਗਿਆ ਕਿ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਕੈਨੇਡਾ ਦੇ ਐਨਡੀਪੀ ਲੀਡਰ ਦੇ ਜਗਮੀਤ ਸਿੰਘ ਦੇ ਬਿਆਨ ਦੇ ਨਾਲ ਜਿਹੜਾ ਪੂਰਾ ਪੂਰਾ ਸਮਰਥਨ ਜਿਹੜਾ ਪੀਰੇ ਨੇ ਕੀਤਾ ਕਨਜ਼ਰਵੇਟਿਵ ਲੀਡਰ ਨੇ ਤੇ ਨਾਲ ਹੀ ਕਿਹਾ ਗਿਆ ਕਿ ਕੈਨੇਡਾ ਹਿੰਦੂਆਂ ਦਾ ਵੀ ਘਰ ਹੈ ਸਾਰੇ ਇੱਥੇ ਰਹਿਣ ਦੇ ਹੱਕਦਾਰ ਨੇ ਬਿਨਾ ਗੱਲ ਤੋਂ ਜਿਹੜਾ ਕਿਸੇ ਦੀ ਤਰ੍ਹਾਂ ਦੀ ਕੋਈ ਆਵਾਜ਼ ਦੇ ਵਿੱਚ ਨਾ ਆਵੇ ਕਿਉਂਕਿ ਬਹੁਤ ਸਾਰਾ ਸੋਸ਼ਲ ਮੀਡੀਆ ਦੇ ਉੱਪਰ ਇੱਕ ਦੂਜੇ ਨੂੰ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀਆਂ ਜਾ ਰਹੀਆਂ ਨੇ ਹਿੰਦੂ ਸਿੱਖ ਜਿਹੜਾ ਇਹ ਇੱਕ ਮੁੱਦਾ ਬਣਾਇਆ ਜਾ ਰਿਹਾ ਪਰ ਅਜਿਹੇ ਦੇ ਵਿੱਚ ਕਿਸੇ ਨੂੰ ਨਹੀਂ ਆਉਣਾ ਚਾਹੀਦਾ ਸੀ ਵੀ ਆਪਣੇ ਚੈਨਲ ਦੇ ਮਾਧਮ ਰਾਹੀਂ ਇਹ ਹੀ ਕਹਾਂਗੇ ਕਿ ਸਾਰੇ ਸਾਂਝੀ ਵਾਲਤਾ ਦਾ ਸੁਨੇਹਾ ਜਿਹੜਾ ਉਸ ਨੂੰ ਕਾਇਮ ਰੱਖੋ ਇੱਕ ਦੂਜੇ ਦੀ ਜਿਹੜੀ ਹੈ ਮਦਦ ਕਰੋ ਇੱਕ ਦੂਜੇ ਦਾ ਸਹਿਯੋਗ ਲਵੋ ਔਰ ਭਾਈਚਾਰਕ ਸਾਂਝ ਨੂੰ ਕਾਇਮ ਰੱਖੋ ਕੋਈ ਇਹ ਕੋਈ ਵੀ ਜਿਹੜਾ ਮੀਡੀਆ ਦੇ ਉੱਪਰ ਜਾ ਕੇ ਫੇਕ ਖਬਰਾਂ ਕਰਦਾ ਕੋਈ ਵੀ ਇਨਫਲੂਐਂਸਰ ਜਿਹੜਾ ਆਪਦਾ ਆਪਦਾ ਪ੍ਰੋਪਾਗੈਂਡਾ ਲੈ ਕੇ ਬਹਿ ਜਾਂਦਾ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੈ ਜੋ ਕੁਝ ਚੱਲ ਰਿਹਾ ਇੰਡੀਆ ਵਰਸਸ ਕੈਨੇਡਾ ਹੋਇਆ ਪਿਆ ਪਰ ਇੱਥੇ ਕੋਈ ਹਿੰਦੂ ਸਿੱਖ ਨਹੀਂ ਹੋਇਆ ਸਗੋ ਲੋਕ ਕਹੀ ਹਿੰਦੂ ਸਿੱਖ ਕਰਨ ਨੂੰ ਫਿਰਦੇ ਨੇ ਸਗੋ ਅਸੀਂ ਵੀ ਬਾਰ ਬਾਰ ਕਹਿੰਨਾ ਕਿ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਜਾਵੇ ਉੱਤੀ ਹੁਣ ਜਗਮੀਤ ਸਿੰਘ ਹੋਣਾ ਦਾ ਜੋ ਇਹ ਬਿਆਨ ਆਉਂਦਾ ਉਹ ਆਪਣੇ ਆਪ ਦੇ ਵਿੱਚ ਐਮਿੱਤ ਕਿਵੇਂ ਰੱਖਦਾ ਕਿਉਂਕਿ ਹਰ ਇੱਕ ਕੈਨੇਡੀਅਨ ਜਿਹੜਾ ਹੈ ਹਰ ਇੱਕ ਕੈਨੇਡੀਅਨ ਉਦੋਂ ਸੋਚਾਂ ਦੇ ਵਿੱਚ ਪੈ ਗਿਆ ਉਦੋਂ ਸਿਟੀਨਸ਼ਿਪ ਜਿਵੇਂ ਜਿਪਨੇ ਜਦੋਂ ਭਾਰਤ ਦੇ ਵੱਲੋਂ ਵੀਜ਼ਾ ਸਸਪੈਂਡ ਕੀਤੇ ਜਾਂਦੇ ਆ ਉਦੋਂ ਜਿਹੜਾ ਲੋਕਾਂ ਨੂੰ ਡਰ ਲੱਗਦਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਕਿ ਭਾਰਤ ਦੇ ਵਿੱਚ ਵਿਆਹ ਦਾ ਸੀਜ਼ਨ ਸ਼ੁਰੂ ਹੋ ਜਾਣਾ ਹੈ ਖਾਸ ਤੌਰ ਤੇ ਪੰਜਾਬ ਦੇ ਵਿੱਚ ਨਵੰਬਰ ਦਸੰਬਰ ਕਿਉਂਕਿ ਇਹ ਮੌਸਮ ਦੇ ਵਿੱਚ ਇਹ ਸਮੇਂ ਦੇ ਵਿੱਚ ਜਿਹੜਾ ਐਨ ਆਰ ਆਈ ਵੱਧ ਤੋਂ ਵੱਧ ਪੰਜਾਬ ਭਾਰਤ ਜਿਹੜਾ ਆਉਣਾ ਸ਼ੁਰੂ ਹੋ ਜਾਂਦੇ ਨੇ ਪਰ ਹੁਣ ਇਸ ਵਿਚਾਲੇ ਇੱਕ ਵੱਡਾ ਬਿਆਨ ਜਗਮੀਤ ਸਿੰਘ ਹੋਣਾ ਦਾ ਸਾਹਮਣੇ ਆਇਆ ਕਿ ਹਰ ਕੈਨੇਡੀਅਨ ਬਿਨਾਂ ਡਰਦੇ ਰਹਿਣ ਦਾ ਹੱਕ ੜਾਰ ਹੈ ਹੱਕਦਾਰ ਹੈ ਤੇ ਬਿਨਾਂ ਡਰ ਤੋਂ ਹਿੰਦੂ ਜਿਹੜੇ ਇੱਥੇ ਰਹਿ ਸਕਦੇ ਹਿੰਦੂਆਂ ਦਾ ਵੀ ਹੱਕ ਹੈ ਸੋ ਉਹਨਾਂ ਨੇ ਕਿਹਾ ਕਿ ਅਸੀਂ ਖੁਦ ਜਿਹੜਾ ਹਿੰਦੂਆਂ ਦਾ ਸਵਾਗਤ ਕਰਦੇ ਹਾਂ ਤੇ ਨਾਲ ਹੀ ਜਿਹੜਾ ਹੈ ਜਗਮੀਤ ਸਿੰਘ ਹੋਣਾ ਦੇ ਵੱਲੋਂ ਕਹੇ ਗਏ ਬਿਆਨ ਦੀ ਜਿਹੜੀ ਹੈ ਪੂਰੇ ਦਾ ਪੂਰਾ ਐਂਡੋਰਸ ਕੀਤਾ ਇਸ ਨੂੰ ਇਸ ਦਾ ਸਮਰਥਨ ਕੀਤਾ ਹੈ